ਜਲੰਧਰ ਦੇ ਡੀਏਵੀ ਇੰਸਟੀਚਿਊਟ ਆਫ ਇੰਜੀਨੀਅਰਿੰਗ ਐਂਡ ਟੈਕਨੋਲੋਜੀ ਵਿਖੇ 600 ਐਨਸੀਸੀ ਕੈਨੇਡਾ ਅਤੇ ਵਿਦਿਆਰਥੀਆਂ ਲਈ ਭਾਰਤੀ ਫੌਜ ਵੱਲੋਂ ਹਥਿਆਰਾਂ ਦੀ ਪ੍ਰਦਰਸ਼ਨੀ ਲਗਾਈ ਗਈ। ਸਮਾਗਮ ਦੀ ਸ਼ੁਰੂਆਤ ਤੋਂ ਪਹਿਲਾਂ ਕੈਨੇਡਾ ਵੱਲੋਂ ਬਜਰਕੌਰ ਦੇ ਮੇਜਰ ਜਨਰਲ ਅਤੁੱਲ ਪਧੋਰੀਆ ਨੂੰ ਗਾਡ ਆਫ ਆਨਰ ਦਿੱਤਾ ਗਿਆ। ਇਸ ਮੌਕੇ ਕੈਨੇਡਾ ਨਾਲ ਗੱਲਬਾਤ ਕਰਦਿਆਂ ਜਨਰਲ ਪਧੋਰੀਆ ਨੇ ਕੈਨੇਡਾ ਨੂੰ ਭਾਰਤੀ ਹਥਿਆਰਬੰਦ ਫੌਜਾਂ ਵਿੱਚ ਭਰਤੀ ਹੋ ਕੇ ਦੇਸ਼ ਸੇਵਾ ਕਰਨ ਲਈ ਪ੍ਰੇਰਿਤ ਕੀਤਾ। ਇਹ ਜੋ ہمارا ਐਨਸੀਸੀ ਕੈਂਪ ਹੈ ये प्री आर डी सी एक लॉन्च पैड है जहाँ पे हमारे कैडेट सिलेक्ट होके आगे जो हमारी डायरेक्टेड है पंजाब हिमाचल हरियाणा और चंडीगढ़ डायरेक्टेड उसके बच्चे जब वो इकट्ठे होंगे चंडीगढ़ में उनके साथ कंपटीशन होगा यहाँ से जो बच्चे सिलेक्ट होके जाएंगे और कैडिटा की हौसला अफजाई कर ब्रिगेडियर अजय तिवाड़ी ने इस समागम में हिस्सा लिया ਉਨਾ ਇਨਵੈਂਟਰੀ ਬਟਾਲੀਅਨ ਵੱਲੋਂ ਲਗਾਏ ਗਏ ਆਧੁਨਿਕ ਹਥਿਆਰਾਂ ਦੀ ਪ੍ਰਦਰਸ਼ਨੀ ਦਾ ਨੇਰੀ ਖਣਕੀਤਾ ਬ੍ਰਿਗੇਡੀਅਰ ਤਿਵਾੜੀ ਨੇ ਸਿਖਲਾਈ ਕੈਂਪ ਸੰਬੰਧੀ ਕੈਡਟਾਂ ਤੋਂ ਜਾਣਕਾਰੀ ਹਾਸਲ ਕੀਤੀ ਬ੍ਰਿਗੇਡੀਅਰ ਤਿਵਾੜੀ ਵੱਲੋਂ ਕੈਡਟਾਂ ਨੂੰ ਐਨਸੀਸੀ ਕੈਂਪ ਦੀ ਵਿਵਸਥਾਬੰਦੀ ਸਿਖਲਾਈ ਸਹੂਲਤਾਂ ਖਾਣ ਪੀਣ ਅਤੇ ਸੁਰੱਖਿਆ ਬਾਰੇ ਵਿਸਥਾਰਚ ਜਾਣਕਾਰੀ ਦਿੱਤੀ ਗਈ गेम्स में पार्टिसिपेट करेंगे वो यहाँ से बहुत कुछ सीख के जाएं और बहुत कुछ सीखे एन कैंप में मैंने पार्टिसिपेट किया और यहाँ पे बहुत अच्छा लगा मुझे आकर और यहाँ पे अलग अलग वेपन भी हमारे को दिखाए गए जो हमने कभी देखे नहीं थे और यहाँ पे हमने पार्टिसिपेट भी किया और गेम्स भी बहुत खेली पहली बार ये हथियार देखने को मिले थे और नॉलेज में थे और पहली बार मैंने देखे से जैसे ए के सेवन और स्नाइपर्स हमने स्कोप भी देखे अंदर से गोलियाँ भी दिखाई थी इन्होंने साल में पहली बार ऐसी चीज़ हुई है और ये इसी कैंप में हुई है और बहुत मज़ा आया था ਇਸ ਪ੍ਰਦਰਸ਼ਨੀ ਵਿੱਚ ਛੇ ਸਾਲਾਰੇ ਐਨਸੀਸੀ ਕੈਡਟਾਂ ਅਤੇ ਵਿਦਿਆਰਥੀਆਂ ਨੇ ਅੱਖੀਂ ਡਿੱਠੇ ਤਜਰਬੇ ਜੋਸ਼ ਨਾਲ ਸਾਂਝੇ ਕਰਦਿਆਂ ਕਿਹਾ ਕਿ ਜਿਨ੍ਹਾਂ ਆਤਾਦੁਨਿਕ ਹਥਿਆਰਾਂ ਬਾਰੇ ਉਹਨਾਂ ਹੁਣ ਤੱਕ ਸਿਰਫ ਸੁਣਿਆ ਹੀ ਸੀ ਪਹਿਲੀ ਵਾਰ ਦੇਖ ਕੇ ਉਹਨਾਂ ਨੂੰ ਬਹੁਤ ਚੰਗਾ ਲੱਗ ਰਿਹਾ ਹੈ ਅਤੇ ਸੁਰੱਖਿਆ ਦੇ ਖੇਤਰ ਵਿੱਚ ਭਾਰਤ ਦੀ ਆਤਮ ਨਿਰਭਰਤਾ ਵੱਲ ਵਧ ਰਿਹਾ ਕਦਮ ਉਹਨਾਂ ਦੇ ਜੋਸ਼ ਨੂੰ ਹੋਰ ਵਧਾ ਰਹੇ ਨੇ ਇਸ ਮੌਕੇ ਕੈਂਪ ਕਮਾਂਡੈਂਟ ਕਰਨਲ ਵਿਨੋਦ ਜੋਸ਼ੀ ਨੇ ਗਰੁੱਪ ਕਮਾਂਡਰ ਨੂੰ ਦਿੱਲੀ ਵਿਖੇ ਗਣਤੰਤਰ ਦਿਵਸ ਦੇ ਮੁਕਾਬਲਿਆਂ ਦੀਆਂ ਤਿਆਰੀਆਂ ਬਾਰੇ ਦੱਸਿਆ ਇਸ ਦੌਰਾਨ ਗਰੁੱਪ ਕਮਾਂਡਰ ਐਨਸੀਸੀ ਜਲੰਧਰ ਅਤੇ ਗਰੁੱਪ ਦੇ ਹੋਰ ਕਮ